सर मुझे एक रेड ग्रेप्स मंगवा दें प्लीज। ओए ना के तो सुने नहीं तू। मैं पीती है। ओए ओए नु दिला दे बेचारे नु। गर्मी दे की स्पेलिंग का? गर्मी GARMUHAI। जी गुले खंदा गुले पलासी गुले दाऊदी गुले आफताबे गुले लाला हो तुम। मेरे बाबा सुपर हीरो थे। चावल खा के आए अज है इना पानी पी रहे अज रोजाना डॉक्टर कहते ने कम से कम तुसी 5 तो 7 लीटर पानी पियो। ठंडा पानी भी घट पीना चाहिए वा इन नुकसान इंसान नहीं अल्लाह दी कसम। As an actor, he is very good person. लेकिन but as a human being, बड़ी वटी जू। Yes. एक मिनट आ गया। उरे यार। जी। सलमान को जा। उन्हें कहे human being इधर की मतलब है। जा कुछ किया। Human being. Human being. Human being. Human human being इधर मतलब पूछ किया था। Human being. इधर मतलब की human being फिर इधर a human being इधर की मतलब है? हैं? As an artist, he is on another level. Oh, यार तू कह दे तू इंग्लिश चोनू कुत्ता बिल्ला कहने चाहिए। But as a human being, मैं खुदा दी कसम है मैं तेरा याद करता मैंने किसी का पर देखा ना समझी कोई? लग गया पता लग गया। की सीगा? ओनू भी नहीं पता। लत दी सुनाओ। उन लत दी वेख फरीद देख। बखाओ नहीं सुनाओ। लत भाजी मेरी है ना ठीक आ ਹਿਲਦੀ ਆ ਜੁਲਦੀ ਆ ਲੇਕਿਨ ਵਜ਼ਨ ਨਹੀਂ ਪੈਣ ਡਿਆ ਯਾਰ ਵਜ਼ਨ ਕਹਿ ਵੇਖ ਨਾ ਆ ਜਿਹੜੇ ਕਹਿੰਦੇ ਡਰਾਮੇ ਕਰਦਾ ਯਾਰ ਫਰੀਦ ਕੋਈ ਡਰਾਮਾ ਕਰਦਾ ਵਾ ਤੈਨੂੰ ਫੋਨ ਆਉਂਦੇ ਤੂੰ ਜੋ ਮਰਜ਼ੀ ਕਰ ਕਿਸੇ ਦਾ ਕੀ ਹੱਕ ਪਹੁੰਚਦਾ ਵਾ ਤੇਰੀਆਂ ਨਹੀਂ ਕਿ ਛੋਟੀਆਂ ਗੱਲਾਂ ਨੋਟ ਕਰ ਨਹੀਂ ਫੈਸਲ ਭਾਈ ਮੈਂ ਤੁਹਾਡੀ ਹਮਾਇਤ ਨਹੀਂ ਕਰਨ ਨੇ ਆ ਜੈਨਮਨ ਗੱਲ ਜੇ ਲੱਤ ਤੇ ਗੱਲ ਆਂਦੀ ਨਾ ਜੈਨਮਨ ਲੱਤ ਠੀਕ ਆ ਬਸ ਯਾਰ ਵਜ਼ਨ ਨਹੀਂ ਪੈਂਦਾ ਤੂੰ ਲੱਤ ਤੇ ਲੈਂਟਰ ਪਾਉਣਾ ਵਾ ਉਹ ਕਿੱਡਾ ਤੇਰਾ ਮੋਗੇ ਵਰਗਾ ਮੂੰਹ ਆ ਤੂੰ ਕਰਨਾ ਕੀ ਆ ਲੱਤ ਦਾ ਹੋਰ ਕੀ ਹੁੰਦਾ ਵਾ गेट तो इदा उतरदा पूछ ला लता हां जी ओ यार रक्षे वाला भी इन्हां दे विच गेड़ा ही आ तैनूं नहीं पता हैगा स्क्रिप्ट दा हिस्सा वा सारा कुछ उन्ने नूं लगा वा ना भी तू इन्हां विचों लई जा भी चुप करके 500 रुपया डेली दा मैं उन्नू देणा ओ फैसल अल्लाह माफ़ी दे दा मुंह वेख ਸੋਮੋ ਰੈਸਲਰ ਨਾਲ ਤੇ ਬਿਮਾਰ ਰਹਿ ਰਿਹਾ ਕਮਜ਼ੋਰ ਹੋ ਗਿਆ ਵੇਖ ਗਿਆ ਬਸ ਇਹਨੂੰ ਮਿਲਣ ਆਇਆ ਰੈਸਲਰ ਇਹਦਾ ਯਾਰ ਉਹ ਜਿਹੜਾ ਪਟੀਸਟਾ ਨਹੀਂ ਉਹ ਇਹਨੂੰ ਮਿਲਣ ਆਇਆ ਤੇ ਉਹਨੂੰ ਉਹ ਜਿਹੜੇ ਉਹ ਕੁਜੀ ਜੀ ਜਿਹਨੇ ਕੁਲਫਾ ਨਿਕਲਦਾ ਉਹ ਖਵਾ ਦੇ ਆ ਭਾਈ ਉਹ ਟੁੱਕ ਮਲਕ ਦੀ ਕੁਲਫੀ ਪਟੀਸਟਾ ਨੂੰ ਦੁੱਧ ਵਾਲੀ ਕੁਲਫੀ ਪਟੀਸਟਾ ਮਿਲਣ ਆਇਆ ਯਾਰ ਭਾਣਾ ਇਹ ਕਿ ਨਹੀਂ ਆਇਆ ਮੈਨੂੰ ਦੱਸ ਯਾਰ ਅੱਛਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜ਼ਿੰਦਗੀ 'ਚ ਦੋ ਚੀਜ਼ਾਂ ਯਾਦ ਰੱਖਣਾ ਝੂਠ ਤੇ ਝੂਠ ਸਹੀ ਇਹ ਛੱਡ ਦਿਓ ਤੁਸੀਂ ਦੋਵੇਂ ਸ਼ਾਵੇਂ ਪੁੱਜ ਕੇ ਕਰਦੇ ਹੋ ਬਾਹਰ ਦੇ ਮੁਲਕ ਚਲੇ ਗਏ ਉੱਥੇ ਇੱਕ ਅੰਗਰੇਜ਼ ਦੇ ਬੁੱਲ ਤੇ ਸੱਟ ਲੱਗੀ ਤੇ ਉਹਨੂੰ ਜਾਮ ਨੂੰ ਦਵਾਈ ਲਾਤੀ ਪਤਾ ਗੱਲ ਕੀ ਉਹ ਕਹਿਣ ਡਿਆ ਝੂਠ ਤੇ ਝੂਠ ਫਰੀ ਜ਼ਿੰਦਗੀ ਦੇ ਵਿੱਚ ਮੈਂ ਕਦੇ ਝੂਠ ਨਹੀਂ ਬੋਲਿਆ ਨਹੀਂ ਨਹੀਂ ਸਹੀ ਤੈਨੂੰ ਪਤਾ ਵਾ ਕਿ ਮੇਰੇ ਅੱਬੂ ਕਹਿੰਦੇ ਸੀ ਬੇਟਾ ਧੋਣ ਲਵਾ ਲਈ ਪਰ ਝੂਠ ਨਾ ਬੋਲੀ ਤੇ ਅੱਬੂ ਦੇ ਕਿਹੜੇ ਕਹਿਣੇ ਮੰਨੇ ਓਏ ਅੱਬੂ ਤੇਰਾ ਆਇਨਸਟਾਈਨ ਸੀ ਆਇਨ ਬੈਲ ਸੀ ਉਹ ਚੱਲ ਚੱਲ ਨਹੀਂ ਤੁਸੀਂ ਤੁਸੀਂ ਤਰੱਕੀ ਕਰਨਾ ਚਾਹੁੰਦੇ ਜ਼ਿੰਦਗੀ ਨਹੀਂ ਮੈਂ ਨਹੀਂ ਕਰਨਾ ਚਾਹੁੰਦਾ ਨਹੀਂ ਆ ਵੇਖਿਆ ਤਾਂ ਹੀ ਨਹੀਂ ਕਰਨ ਦੇ ਜੈਨਮਨ ਜੇ ਤਰੱਕੀ ਕਰਨਾ ਚਾਹੁੰਦੇ ਨਾ ਤੁਹਾਨੂੰ ਇੱਕ ਗੱਲ ਦੱਸਦਾ ਦੱਸ ਘਰ ਛੱਡ ਦੋ ਉਹ ਵੀ ਤਰੱਕੀ ਕੀ ਪਤਾ ਕਰ ਜਾਂ
ਉਹਨਾਂ ਨੇ ਤਾਂ ਘਰ ਛੱਡ ਦਿੱਤਾ। ਫੈਸਲ ਸਾਹਿਬ ਇੱਕ ਗੱਲ ਦੱਸਾਂ, ਇਹ ਜਿਹੜੀ ਲੱਤ ਦੀ ਕੰਡੀਸ਼ਨ ਹੈ ਨਾ, ਸਾਰਿਆਂ ਨੂੰ ਪਤਾ ਦਫ਼ਤਰ 'ਚ ਤੁਸੀਂ ਕੀ ਕਰਦੇ ਹੋ, ਇਹ ਆਪਣੇ ਆਪ ਨੂੰ ਤੁਸੀਂ ਸਿਕਿਓਰ ਕੀਤਾ ਸਿਰਫ ਲੱਤ ਦੀ ਆੜ ਦੇ ਵਿੱਚ। ਸਿਕਿਓਰ ਕੀਤਾ ਜਾਂ ਨਹੀਂ ਕੀਤਾ, ਤੂੰ ਇਹ ਕਿੱਦਾਂ ਦੀ ਗੱਲ ਕਰਦਾ? ਮੈਂ ਤੈਨੂੰ ਕਹਿਣ ਡਿਆ ਮੈਂ ਕਿੱਡੀ ਵੱਡੀ ਕਸਮ ਖਾ ਕੇ ਤੁਹਾਨੂੰ ਕਿਹਾ, ਤੁਸੀਂ ਤੇ ਕਾਫਰ ਲੋਕ ਹੋ। ਮੈਂ ਕਹਿਣ ਡਿਆ ਮੈਂ ਕਿ ਵਜ਼ਨ ਨਹੀਂ ਪੈਣ ਡਿਆ, ਬਾਕੀ ਸਹੀ ਆ, ਦਰਦ ਨਹੀਂ ਹੁੰਦਾ। ਮਤਲਬ ਕੀ ਇੱਥੇ ਪਾਣਾ ਵਜ਼ਨ? ਯਾਰ ਵਜ਼ਨ ਪਏਗਾ ਤੇ ਮੈਂ ਟੁਰਨਾ ਵਾਂ। ਕੱਲ ਨਹੀਂ ਸੱਤਾਂ ਧੀਆਂ ਦਾ ਵਜ਼ਨ ਪਾ ਦਈਏ ਲੱਤ ਤੇ, ਕੀ ਕਰੀਏ? ਕੱਲ ਨਹੀਂ ਪਿਆ ਵਜ਼ਨ, ਹੁਣ ਮੈਂ ਤੁਹਾਨੂੰ ਵੀ ਚਲੀ ਗੱਲ ਦੱਸਦਾ। ਟੀ ਟਾਈਮ ਦੇ ਸੈੱਟ ਤੇ ਕੱਲ ਕੋਈ ਵੀ ਨਹੀਂ ਸੀ, ਇਹ ਕੁਰਸੀ ਤੇ ਬੈਠੇ, ਪਤਾ ਨੀ ਖਬਰੇ ਇਹਨਾਂ ਨੂੰ ਕਿਹਦਾ ਫੋਨ ਆਇਆ, ਏਦਾਂ ਫੋਨ ਚੁੱਕਦੇ ਹੀ ਕਰਦੇ ਹੈਲੋ, ਫਿਰ ਪਤਾ ਨੀ ਨਾਲ ਹੀ ਫਟਾਫਟ ਬੈਠ ਗਏ। ਤਰੱਕੀ ਕਰਦੀਆਂ ਨੇ ਜਿਹੜੀਆਂ ਕਿ ਯੂਨਾਈਟਿਡ ਇਜ਼ ਸਟਰੈਂਥ, ਯੂਨੀਅਨ ਇਜ਼ ਸਟਰੈਂਥ, ਇਤਫਾਕ ਮੇਂ ਬਰਕਤ ਹੈ, ਠੀਕ ਹੈ। ਕੌਮਾਂ ਉਹੀ ਤਰੱਕੀਆਂ ਕਰਨਗੀਆਂ ਜਿਹੜੀਆਂ ਕਿ ਏਕੇ ਨਾਲ ਰਹਿਣਗੀਆਂ। ਦੇਖੋ ਉਸਤਾਦ ਨੇ ਮੈਨੂੰ ਜੋ ਕਿਹਾ ਵਾ ਸਾਰੇ ਡਰਾਮੇ ਕਰ ਕਦੇ ਵੈਰੀ ਦੁਸ਼ਮਣ ਨੂੰ ਵੀ ਨਾ ਯਾਰ ਕਰੇ ਕੋਈ ਫੈਸਲ, ਥੋੜੀ ਜੀ ਸੱਟ ਨਾ ਉਹਨੂੰ ਸਗੋਂ ਬਰਦਾਸ਼ਤ ਕਰਕੇ ਤੁਸੀਂ ਕਹੋ ਮੈਨੂੰ ਕੁਛ ਵੀ ਨਹੀਂ ਆ, ਮੈਂ ਓਕੇ ਆ, ਮੇਰੇ ਕੋਲੋਂ ਕੰਮ ਕਰਾਓ। ਭਰਾਵਾ ਮੈਨੂੰ ਹੈ ਵਾ, ਕੀ ਆ ਕੋਈ ਨਹੀਂ ਹੈਗਾ। ਤੇ ਜਦੋਂ ਰਕਸ਼ਾ ਉਹ ਵੱਜਾ ਸੀ, ਐਕਸੀਡੈਂਟ ਹੋਇਆ ਸੀ, ਉਦੋਂ ਤੇ ਫਰੀਦ ਭਾਈ ਉੱਥੇ ਕਹਿੰਦੇ ਸੀ ਜਦੋਂ ਆਪਰੇਸ਼ਨ ਹੋਇਆ, ਮੈਂ ਦੱਸਾਂ ਦੀ ਨਾ ਜੀ ਦਫ਼ਤਰ ਵੇਖਿਓ ਹੈ, ਆਹੋ ਲੇਕਿਨ ਨਹੀਂ ਸਾਥ ਦਿੱਤਾ। ਅੱਛਾ ਇੱਕ ਹੁਣ ਗੱਲ ਸੁਣ ਲਓ, ਦਫ਼ਤਰ ਤੇ ਆ ਗਏ ਫੈਸਲ ਸਾਹਿਬ ਯਾਰ, ਉਸ ਨੂੰ ਭਾਇਨ ਨੂੰ ਯਾਰ ਮੇਰਾ ਕਹਿ, ਮੈਂ ਗੱਲ ਕਰ ਲਈ ਫੈਸਲ ਸਾਹਿਬ। ਆਲੂ ਮਾਸਟਰ ਸਾਡੇ ਲਾਤਾ ਉੱਥੇ, ਠੀਕ ਠਾਕ ਹੋ ਫੈਸਲ ਭਾਈ? ਕੀ ਗੱਲ ਫੈਸਲ ਭਾਈ, ਹੁਣ ਮਤਲਬ ਠੀਕ ਨੇ? ਹੁਣ ਠੀਕ ਆ ਯਾਰ, ਭਾਈ ਕਹਿ ਰਹੇ ਕਿ ਦੋ ਮੁਸ਼ਾਇਰੇ ਜਿਹੜੇ ਨੇ ਨਾ ਉਹ ਤੁਸੀਂ ਲਿਖ ਕੇ ਪੇਪਰਸ, ਮਤਲਬ ਜਿਹੜੇ ਰਜਿਸਟਰ ਨੇ ਉਹ ਪੇਪਰ ਦੋਨੋਂ, ਮਤਲਬ ਦੋ ਤੁਸੀਂ ਦੋ ਫੈਸਲ ਭਾਈ, ਦੋ ਮੁਸ਼ਾਇਰੇ। ਅੱਛਾ ਬੋਲਿਓ ਨਾ, ਇੱਕ ਮਿੰਟ ਮੈਨੂੰ ਦੱਸੋ, ਮੇਰੇ ਲੱਗਦਾ ਮੀਰ ਤਕੀ ਮੀਰ ਨਾਲ ਨੈਨ ਨਕਸ਼ ਮਿਲਦੇ, ਇਹਦੇ ਲੱਗਦਾ ਕੋਈ ਵਾਸਫ ਅਲੀ ਵਾਸਫ ਨਾ, ਉਹ ਗਲਤ ਦਾ ਸਾਲਾ ਲੱਗਦਾ ਤੈਨੂੰ ਯਾਰ, ਉਹ ਕੌਣ ਆ ਵਸੀ ਸ਼ਾਹ ਦਾ ਮੁੰਡਾ ਵਾ? ਠੀਕ ਆ, ਦੋ ਵਿਚਾਰੇ, ਇਹ ਕੀ ਪ੍ਰਵੀਨ ਸ਼ਾਕਰ ਦੀ ਔਲਾਦ ਆ? ਨਾਲੇ ਭਾਈ ਨੇ ਕਹਿਤਾ ਤਾਂ ਲਿਖ ਲੈਨੇ ਦੋ, ਹਾਂ ਯਾਨੀ ਕਿ ਇੱਕ ਜਿਹੜੇ ਮਤਲਬ ਕੱਲ ਸ਼ੂਟ ਕਰਨੇ ਸੀ ਦੋ, ਯਾਰ ਦੋ ਗਰਮ ਹੁੰਦੇ ਆ ਇੱਕ ਕਰ ਲਓ, ਮਤਲਬ ਆਪਾਂ ਫਿਰ ਕੱਲ ਸ਼ੂਟ ਕਰਨੇ ਨਾ, ਭਾਈ ਨੇ ਕਹਿ ਰਹੇ ਯਾਰ ਮੈਂ ਆ ਰਿਹਾ ਯਾਰ ਭਾਈ, ਇੱਥੇ ਸੁਬਹ ਆਵਾਂਗਾ। ਕੌਣ ਕਹਿੰਦਾ? ਨਹੀਂ 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 ਮੈਂ ਨਿਕਲਦਾ, ਤੁਸੀਂ ਨਾ ਮੈਂ ਤਿਆਰੀ ਕਰ ਯਾਰ, ਯਾਰ ਭਾਈ ਕਿੱਥੇ ਗਏ ਆ? ਭਾਈ ਕਿੱਥੇ ਗਏ? ਲਿਖ ਲਿਖ ਕੇ ਪੂਰਾ ਮੁਸ਼ਾਇਰੇ ਅਸੀਂ, ਪਤਾ ਨੀ ਰਜਿਸਟਰ ਭਰਤੇ, ਦੋ ਮੈਂ ਕਹਿ ਰਿਹਾ ਦੋ ਮੁਸ਼ਾਇਰੇ ਲਿਖ ਲੋ ਨਾ, ਲਿਖ ਲੋ ਇਹ ਕੰਮ ਨਾ ਪਿਆਰ, ਅਸੀਂ ਆਏ ਆ ਤੇ ਉਹ ਲਾਹੌਰ ਸੈਰ ਕਰਨ ਗਏ। ਫਰੀਦ ਕਹਿਣ ਡਿਆ ਸਾਡੇ ਕੋਲ ਨੀ ਹੁੰਦੇ, ਫਰੀਦ ਅੱਗੇ ਭਾਈ ਰਿਜ਼ਾਇਨ ਕਰਨਾ ਚਾਹ ਰਿਹਾ ਵਾ, ਉਹਨੂੰ ਰਾਹ ਦਿਓ। ਭਾਜੀ ਮੇਰੀ ਗੱਲ ਸੁਣੋ, ਇੱਧਰ ਆਓ, ਐਸਾ ਤਾਮਿਲ ਫਿਲਮਾਂ ਦੇ ਫੌਜੀ ਹੁੰਦੇ, ਇੱਕ ਮਿੰਟ ਮੇਰੀ ਗੱਲ ਸੁਣ ਲਓ। ਤਾਮਿਲ ਫਿਲਮਾਂ ਦੇ ਕਿਹੜੇ? ਮੁਸ਼ਾਇਰੇ ਦੋ ਲਿਖਣੇ ਆ,
ਜਿੰਨੇ ਪੈਸੇ ਦਿੰਦੇ ਰਾਈਟਰ ਵੀ ਸਾਨੂੰ ਹੀ ਉਹਨਾਂ ਨੇ ਐਡ ਕੀਤਾ ਨਾਲੇ ਸਾਡਾ ਕੰਮ ਅਸੀਂ ਕਰ ਸਕਦੇ ਫੈਸਲ ਸਾਹਿਬ ਬਾਹਰੋਂ ਕਿਸੇ ਨੇ ਆ ਕੇ ਨਹੀਂ ਕਰਨਾ ਆ ਜਿਹੜਾ ਤੁਸੀਂ ਖੱਚਾ ਮਾਰਦੇ ਜੇ ਆ ਜੋ ਤੁਸੀਂ ਆਪੋ ਬਿਸਤ ਕਰਦੇ ਜੇ ਓਏ ਮੇਰੇ ਅੱਬੂ ਤੋਂ ਪਹਿਲਾਂ ਗੱਲ ਨਾ ਕਰੀ ਮੈਂ ਤੈਨੂੰ ਕਹਿਣ ਦੇ ਆਪ ਤੋਂ ਹਟਦਾ ਹੀ ਨਹੀਂ ਹੈ ਆਪ ਤੋਂ ਹਟਦਾ ਨਹੀਂ ਸ਼ੁਰੂ ਇਦਾਂ ਹੁੰਦੇ ਜਿੱਦਾਂ ਮੈਨੂੰ ਸਾਰੀ ਜ਼ਿੰਦਗੀ ਮੈਂ ਸਾਰੀ ਦੁਨੀਆ ਮੈਂ ਸਭ ਤੋਂ ਜ਼ਿਆਦਾ ਪਿਆਰ ਆਪਣੇ ਅੱਬੂ ਸੇ ਯਾਰ ਲਿਖ ਲਓ ਤੁਸੀਂ ਦੋ ਫਿਰ ਮੈਂ ਨਾਲੇ ਯਾਰ ਮੇਰੀ ਓਏ ਸਫੇ ਦੇਣੇ ਦੋ ਸਿੱਧੇ ਦੋ ਸਫੇ ਲਓ ਸਾਰੇ ਹਿਊਮਨ ਬੀਇੰਗ ਤੂੰ ਹੋਊਗਾ ਤੂੰ ਮੈਂ ਨਹੀਂ ਮੇਰਾ ਖੁਦਾ ਦੀ ਕਸਮ ਮਿਲਦਾ ਹੋਇਆ ਮੈਂ ਨਹੀਂ ਹੈਗਾ ਉਹ ਸਾਰੇ ਆਪਾਂ ਹਿਊਮਨ ਬੀਇੰਗ ਨਹੀਂ ਮੈਂ ਟਾਈਮ ਸਿਰ ਆਉਣਾ ਵਾ ਭਾਈ ਜਿੰਨਾ ਉਸਤਾਦ ਜੀ ਨੇ ਸਾਨੂੰ ਕਹਿਤਾ ਸੀ ਟਾਈਮ ਤੇ ਆ ਗਏ ਨਹੀਂ ਉਹ ਹੈ ਹੀ ਨਹੀਂ ਓਏ ਓਏ ਹਿਊਮਨ ਨੀਚ ਵਾ ਹਿਊਮਨ ਝੂਠ ਵਾ ਨੀਚ ਤੂੰ ਹੈਗਾ ਚਪਲਾ ਮਾਰਦਾ ਪਿਆ ਹਾਂਜੀ ਤੂੰ ਹੈਗਾ ਨੀਚ ਤੂੰ ਹੁਣ ਤੈਨੂੰ ਕਿੱਦਾਂ ਸਮਝ ਲੱਗੀ ਇਹ ਸਿੱਧਾ ਸਿੱਧਾ ਵਾ ਇੰਗਲਿਸ਼ ਦਾ ਕਨੂੰ ਓਏ ਨੀਚ ਦਾ ਕੀ ਹੈ ਨੀਚ ਅੱਜ ਦਾ ਬੀਚ ਨਹੀਂ ਜਮਾ ਕਰਾਣੇ ਲਿਖ ਕੇ ਪੇਪਰ ਆ ਸਾਡੇ ਕੀ ਕਰਨਾ ਵਾ ਪੇਪਰ ਆ ਨਾ ਮੈਂ ਫਿਰ ਆ ਕੇ ਫਿਰ ਦੇਖਦਾ ਚੌਥੀ ਚ ਪੜ੍ਹਦੇ ਹਾਂ ਤੈਨੂੰ ਪੇਜ ਜਮਾ ਕਰਾਉਣੇ ਜਾ ਮੇਰਾ ਵੀਰ ਜਾ ਕੰਮ ਉਸ ਹਿਸਾਬ ਨਾਲ ਫਿਰ ਸੈਟਿੰਗ ਕਰਨੀ ਹੁੰਦੀ ਉਹ ਸੈਟਿੰਗ ਕਦੀ ਕਰਨੀ ਮਤਲਬ ਕੀ ਹੋਣ ਡਿਆ ਵਾ ਕਿਤੇ ਕੁੜੀ ਦੁਲਹਨ ਵਧਾ ਰਹੀ ਹੈ ਸਾਡੇ ਨਾਲ ਕੋਈ ਸੈਟਿੰਗ ਤੁਸੀਂ ਕਹਿਤਾ ਵਾ ਹੁਣੇ ਅਲਹਮਦੁਲਿਲਾ ਨਹੀਂ ਹੁਣ ਥੋੜੀ ਦੇਰ ਬਾਅਦ ਆ ਕੇ ਫਿਰ ਦੁਬਾਰਾ ਥੋੜੀ ਦੇਰ ਬਾਅਦ ਜ਼ਿਆਦਾ ਦੇਰ ਲਾਓ ਯਾਰ ਮੇਰੀ ਖੋਪੜੀ ਕੋਈ ਹੋਰ ਆ ਉਹਨਾਂ ਦੀ ਵੀ ਹੋਰ ਉਹ ਵੀ ਉਹ ਕੀ ਹੈ ਯਾਰ ਉਹ ਆ ਕੇ ਸਾਨੂੰ ਹੁਕਮ ਲਾਣ ਡਿਆ ਉਹ ਕੱਲ ਡਾਊਨ ਸਾਨੂੰ ਗੱਡੀਆਂ ਪਰੇ ਕਰਾਣ ਡੇ ਸੀ ਮੇਰੇ ਯਾਰ ਤੋਂ ਫੜ ਕੇ ਥੋੜੀ ਉਹਦੇ ਨਾਲ ਬਹਿਸ ਹੋਈ ਜਿਹੜਾ ਨਵੀਦ ਰੱਖਿਆ ਹੋਇਆ ਇਹਨਾਂ ਨੇ ਕੈਮਰਾ ਮੈਨ ਉਹ ਲੰਬਾ ਜਿਹਾ ਆਹੋ ਯਾਰ ਤੂੰ ਵੇਖ ਉਹਦਾ ਕੱਦ ਵੇਖ ਤੇ ਕੰਮ ਉਹਦੇ ਵੇਖ ਯਾਰ ਬਾਕੀ ਮੈਂ ਤਾਂ ਸੀ ਕਰਦਾ ਕੀ ਆ ਕੀ ਕਰਦਾ ਐਡੀਟਿੰਗ ਕਰਦੇ ਹੀ ਬਸ ਯਾਰ ਉਹ ਕੱਦ ਵੇਖ ਯਾਰ ਉਹ ਕੀ ਕਰਿਆ ਹੋਰ ਫੈਸਲ ਸਾਹਿਬ ਇੱਕ ਤਾਂ ਹੁਣ ਮੇਰੀ ਗੱਲ ਸੁਣ ਲਓ ਹਾਂਜੀ ਮੁਸ਼ਾਇਰੇ ਕਿਉਂ ਜ਼ਰੂਰੀ ਨੇ ਕਿਉਂਕਿ ਭਾਈ ਨੇ ਇਹ ਸਾਡਾ ਮਸਲਾ ਨਹੀਂ ਉਸਤਾਦ ਜੀ ਦਾ ਮਸਲਾ ਨਹੀਂ ਆਡੀਅੰਸ ਸਾਡੇ ਪਿਆਰ ਕਰਨ ਵਾਲੇ ਤੁਹਾਨੂੰ ਪਤਾ ਫੈਸਲ ਸਾਹਿਬ ਤੁਹਾਨੂੰ ਕਿੰਨਾ ਲੋਕ ਲਾਈਕ ਕਰਨ ਦੇ ਨੇ ਸਾਡੇ ਬੱਚੇ ਤੁਹਾਨੂੰ ਘਰ ਆਉਂਦੇ ਪਸੰਦ ਨਹੀਂ ਕਰਦੇ ਤੁਹਾਡੀ ਫੈਮਿਲੀ ਤੁਹਾਨੂੰ ਪਸੰਦ ਨਹੀਂ ਕਰਦੀ ਤੁਹਾਨੂੰ ਮਹੱਲੇਦਾਰ ਨਹੀਂ ਪਸੰਦ ਕਰਦੇ ਉਹ ਲੋਕ ਜਿਹੜੇ ਲੋਕ ਤੁਹਾਨੂੰ ਵੇਖ ਰਹੇ ਤੁਹਾਨੂੰ ਲਾਈਕ ਕਰਨ ਦੇ ਨੇ ਤੂੰ ਬਗੈਰ ਤਾਂ ਕਿੱਡੀ ਗੱਲ ਕੀਤੀ ਕਿ ਬੱਚੇ ਲਾਈਕ ਨਹੀਂ ਕਰਦੇ ਫੈਮਿਲੀ ਲਾਈਕ ਇਹੀ ਸਾਡੀ ਫੈਮਿਲੀ ਹੈ ਹਾਂਜੀ ਗਲਤ ਚੜਾ ਯਾਰ ਵਾਹ ਅੱਛਾ ਇਦਾਂ ਕਰਨੇ ਨਾ ਇਦਾਂ ਕਰਨੇ ਆਪਾਂ ਕੋਸ਼ਿਸ਼ ਕਰਨੇ ਆ ਅੱਧਾ ਅੱਧਾ ਮੁਸ਼ਾਇਰਾ ਲਿਖ ਕੇ ਦੋ ਪੂਰੇ ਕਰ ਦਿੰਦੇ ਆਪਾਂ ਠਹਿਰ ਜਾ ਯਾਰ ਥੋੜੀਆਂ ਜਿਹੀਆਂ ਸ਼ਰਤਾਂ ਤੇ ਮਿਲਾਈ ਸਲਮਾਨ ਨੂੰ ਮਿਲਾਈ ਜਰਾ ਸਲਮਾਨ ਭਾਈ ਮੈਨੇਜਰ ਸਲਮਾਨ ਭਾਈ ਮੇਰਾ ਨਾ ਜ਼ਹਿਨ ਨਹੀਂ ਚੱਲ ਰਿਹਾ ਮੈਨੂੰ ਨਾ ਤੇਜ਼ ਪੱਤੀ ਦੀ ਚਾਹ ਦੇਣੀ ਹੈ 3 ਕੱਪ ਤੇ ਨਾਲ ਨਾ ਕੋਈ ਨਾਲ ਕੋਈ ਰੋਟੀ ਯਾਰ ਖਾਣ ਨੂੰ ਬਿਸਕੁਟ ਵਗੈਰਾ ਹਾਂ ਔਰ ਮੈਂ ਕੈਪੂਚੀਨੋ ਤੇ ਨਾਲ ਮੈਨੂੰ ਫਰੈਸ਼ ਜੂਸ ਪੀਜ਼ਾ ਮਿਲਦਾ ਹੈ ਫਿਰ ਤੁਸੀਂ ਕਰਦੇ ਲਾਤੇ ਹਾਂ ਕਾਫੀ ਲਾਤੇ ਨਹੀਂ ਨਹੀਂ ਕੈਪੂਚੀਨੋ ਅੱਛਾ ਸਰ ਮੈਨੂੰ ਇੱਕ ਰੈੱਡ ਗ੍ਰੇਪਸ ਮੰਗਵਾ ਦੇ ਪਲੀਜ਼ ਓਏ ਨਾ ਕਿ ਤੂੰ ਸੁਣਿਆ ਹੀ ਤੂੰ ਮੈਂ ਪੀਤੀ ਕੀ ਹੁੰਦਾ ਉਹ ਗਾਜਰਾਂ ਦਾ ਜੂਸ ਨਹੀਂ ਹੈਗਾ ਅੱਛਾ 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 ਆਪ ਦਾ ਭਾਈ ਅਸੀਂ ਤਾਂ ਭਾਈ ਜੋ ਇਹਨਾਂ ਨੂੰ ਮੰਗਾ ਕੇ ਦੇਣਾ ਸਾਰੀਆਂ ਗੱਲਾਂ ਛੱਡੋ ਇੱਕ ਮਿੰਟ ਸਰ ਰੈੱਡ ਗ੍ਰੇਪਸ ਗਾਜਰਾਂ ਦਾ ਜੂਸ ਹੁੰਦਾ ਯਾਰ ਬਾਤ ਮੈਨੂੰ ਸਾਈਡ ਤੇ ਹੋ ਕੇ ਮਿਲੀ ਯਾਰ 100 ਰੁਪਏ ਨਜ਼ਰ ਬਣ ਗਈ ਤੇਰੀ ਖੈਰ ਸਰ ਪਲੀਜ਼ ਲੋ ਆਧਾ ਆਧਾ ਕੱਪ ਚਾਹੇ ਕਰ ਮੇਰੇ ਕੋ ਇੱਕ ਨੀ ਸਹੀ ਤਰ੍ਹਾਂ ਕਹਿ ਹੁੰਦਾ ਉਹ ਤੂੰ ਕਹਿ ਦੇਣਾ ਵਾ ਫਰੀਦ ਯਾਰ ਇੱਕ ਸ਼ੇਅਰ ਰਲਿਆ ਹੋਇਆ ਕਿ ਬਾਬਾ ਆਪਨੇ ਮੁਝੇ ਸਭ ਕੁਛ ਦਿਆ ਗਾਲੀ ਕਿਉਂ ਨਾ ਲੈ ਕੇ ਦੀ ਜ਼ਿੰਦਗੀ ਮੈਂ ਹਰ ਇੱਕ ਦੁੱਖ ਦੇਖਾ ਹੈ ਤੁਮਾਰਾ ਠੀਕ ਹੈ ਅੱਗੇ ਬਣਾ ਕੇ ਬਾਬਾ
ਤੁਹਾਨੂੰ ਗਾੜੀ ਲੈ ਕੇ ਨਹੀਂ ਦੀ ਆਓ ਮੈਂ ਤੁਹਾਨੂੰ ਅੱਗੇ ਦੱਸਣਾ ਹੋ ਵੇਖਿਆ ਮੇਰੀ ਲੱਤ ਦੁੱਖ ਕਰਨ ਲੱਗੀ ਸੀ ਬਾਬਾ ਆਪਨੇ ਸਭ ਕੁਝ ਦਿਆ ਗਾੜੀ ਕਿਉਂ ਨਾ ਲੈ ਕੇ ਓ ਯਾਰ ਮੈਨੂੰ ਕੀ ਪਤਾ ਤੇਰੇ ਬਾਬਾ ਨੇ ਗਾੜੀ ਕਿਉਂ ਨਹੀਂ ਲੈ ਕੇ ਦਿੱਤੀ ਮੈਨੂੰ ਤੇਰੀ ਨਹੀਂ ਸਮਝ ਆਉਂਦੀ ਅਸਲ ਮੈਨੂੰ ਦੱਸ ਤੇਰਾ ਬਾਬਾ ਜਿਹੜਾ ਵਾ ਕੋਈ ਉਹ ਆਇਨਸਟਾਈਨ ਸੀ ਉਹ ਅੰਬਾਨੀ ਖਾਨਦਾਨ ਚੋਂ ਵੀ ਤੇਰੇ ਪਿਓ ਨੇ ਗਾੜੀ ਨਹੀਂ ਲੈ ਕੇ ਦਿੱਤੀ ਤੇ ਮੇਰੇ ਤੇ ਕਾਹਦਾ ਭਾਰ ਓ ਯਾਰ ਸ਼ੇਰ ਨਹੀਂ ਅਗੋਂ ਆਮਦ ਹੋਣ ਡਈ ਆ ਆਮਦ ਨਹੀਂ ਹੋਣ ਡਈ ਤੇ ਜਾ ਮੇਰਾ ਵੀਰ ਫੇਰ ਟੁਰ ਕੇ ਆ ਕੇ ਤੋ ਆਮਦ ਨਹੀਂ ਹੋਣ ਡਈ ਮੇਰਾ ਤੇ ਵਿਆਹ ਹੋ ਲੈਂਦੇ ਭਰਾਵਾ ਜੇ ਤੇਰੀ ਨਹੀਂ ਆਮਦ ਹੁੰਦੀ ਤੇ ਤੇਰੇ ਘਰ ਤਵਾ ਹੈਗਾ ਤੋ ਹਾਂਜੀ ਉਹਦੀ ਕਾਲਕ ਲੈ ਕੇ ਨਾ ਹਾਂਜੀ ਪੂਰੇ ਹੱਥਾਂ ਨਾਲ ਲਪੇੜ ਕੇ ਹਾਂ ਮੇਰੇ ਮੂੰਹ ਤੇ ਲਾਣੀ ਹੁੰਦੀ ਸਜਾਦ ਸਾਹਿਬ ਤੇਰਾ ਵਿਆਹ ਕਰਾ ਦੇ ਯਾਰ ਸਹੀ ਗੱਲ ਆ ਵੈਸੇ ਐਮਬ੍ਰਾਇਡਰੀ ਕਰ ਮਰ ਕਚਹਿਰੀ ਬਾਜ਼ਾਰ ਬੰਦੇ ਬਹਿੰਦੇ ਉਂਗਲੀਆਂ ਫੜ ਕੇ ਸਿਖਾਉਂਦੇ ਓ ਯਾਰ ਮੇਰੀ ਜਾਨ ਛੱਡ ਦੇ ਯਾਰ ਫਰੀਦ ਤੂੰ ਇੰਨਾ ਵੀ ਨੀ ਕਰ ਸਕਦਾ ਉਹ ਤਾਂ ਮੈਂ ਕੀ ਕਰਾਂ ਯਾਰ ਬੰਦਾ ਦੀ ਨਹੀਂ ਆਮਦ ਹੁੰਦੀ ਮੈਂ ਕਿਹਾ ਤੂੰ ਮੈਨੂੰ ਕੋਈ ਗਾਣਾ ਦੱਸ ਦੇ ਕਿਉਂ ਜਿਹੜਾ ਵਿੱਚ ਮੈਟ੍ਰਿਕ ਦੇ ਪੇਪਰ ਹੋਣਦੇ ਆਪਣੇ ਗੁਜ਼ਰੀ ਹੈ ਹਰ ਸ਼ਾਮ ਮੇਰੇ ਬਾਬਾ ਫੈਸਲ ਮੈਨੂੰ ਬਾਬਾ ਤੇਰਾ ਮੈਂ ਗਰਮੀ ਵੀ ਹੁਣ ਡੰਗਦੀ ਜਾਂਦੀ ਜਵਾਨੀ ਵੀ ਹੁਣ ਖੰਘਦੀ ਜਾਂਦੀ ਕੋਈ ਗੱਲ ਸੁਣ ਮੈਨੂੰ ਪਤਾ ਤੂੰ ਅੱਗੇ ਕਹਿਣਾ ਮੇਰਾ ਵਿਆਹ ਕਰਾ ਸਕਦੇ ਮਹਿਫਲ ਇੱਥੇ ਅੱਗੇ ਨੀ ਲੈ ਫਰੀਦ ਕੋ ਪੁੱਛ ਫਰੀਦ ਇਹਨੂੰ ਤਨਖਾਹ ਯਾਰ ਫਰੀਦ ਗਰਮੀ ਦੇ ਕੀ ਸਪੈਲ ਗਰਮੀ ਜੀ ਏ ਆਰ ਐਮ ਯੂ ਐਚ ਏ ਆਈ ਜੀ ਏ ਆਰ ਜਿੱਡੀ ਇਹਨੇ ਸਪੀਡ ਨਾਲ ਦੱਸਿਆ ਲੱਗਦਾ ਇਹੋ ਹੀ ਆ ਜਵਾਨੀ ਦੇ ਕੀ ਫੈਸਲ ਬਾਈ ਉੱਥੇ ਆਰਨਲਡ ਬਣਾ ਦੇ ਅੱਜ ਕਰਕੇ ਨਹੀਂ ਜਵਾਨੀ ਦੇ ਜੀ ਐਲ ਓ ਈ ਐਲ ਜੀ 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 ਐਚ ਏ ਜੀ ਐਚ ਏ ਐਮ ਐਮ ਚਿੜੀਆ ਕਹਤੇ ਕਹਤੇ ਗੁਲੇ ਖੰਦਾ ਗੁਲੇ ਪਲਾਸੀ ਗੁਲੇ ਦਾਊਦੀ ਗੁਲੇ ਆਫਤਾਬੇ ਗੁਲੇ ਲਾਲਾ ਹੋ ਤੂੰ ਕਿਹਸਾ ਮਿਸਰਾ ਬਣਾਤਾ ਤੂੰ ਗੁਲੇ ਛਿੱਤਰ ਪੌਲਾ ਨਾ ਇੱਥੇ ਮੇਰੇ ਕੋਲੋਂ ਕਰਾ ਲਈ ਚੁੱਪ ਕਰਕੇ ਆਪਣਾ ਮਿਸ਼ਾਰਾ ਤੇਰੀ ਆਮਦ ਜਿਹੜੀ ਬੰਦ ਹੁੰਦੀ ਸਾਡੀ ਨਹੀਂ ਹੁੰਦੀ ਤੁਹਾਨੂੰ ਦੋ ਲੈਣਾ ਫੈਸਲ ਸਾਹਿਬ ਉਤਲੀਆਂ ਦਿੱਤੀਆਂ ਸੀ ਉੱਥੇ ਯਾਰ ਤੂੰ ਮੈਨੂੰ ਇਹ ਲੈਣ ਜਿਹੜੀ ਨਾ ਬਾਬਾ ਮੁਝੇ ਜ਼ਿੰਦਗੀ ਕਾ ਹਰ ਖੁਸ਼ੀ ਦੀ ਮੇਰੇ ਬਾਬਾ ਨੇ ਬਸ ਗਾੜੀ ਨਾ ਲੈ ਕੇ ਦੀ ਇਹਦੇ ਅੱਗੇ ਦੱਸ ਫਰੀਦ ਕੀ ਆਏਗਾ ਯਾਰ ਬਾਬਾ ਨੇ ਗਾੜੀ ਨਾ ਲੈ ਕੇ ਦੀ ਆਹੋ ਬਾਬਾ ਨੇ ਕੀ ਹੋ ਸਕਦਾ ਤੁਹਾਡੀ ਜੋ ਛੱਤ ਡਿੱਗ ਪਈ ਬਾਬਾ ਨੇ ਨਹੀਂ ਬਣਵਾਈ ਉਹ ਮੈਨੂੰ ਕਿਉਂ ਦੱਸਦਾ ਵਾ ਮੈਂ ਤੇਰਾ ਕੀ ਲੱਗਦਾ ਬਾਬਾ ਨੂੰ ਕਿ ਬੁਲਬੁਨੀਆ ਦਿਲ ਵੰਡ ਪੈ ਰਹਾ ਹੈ ਇਸ਼ਕ ਓ ਮੇਰੇ ਮੌਲਾ ਉਹ ਮੈਂ ਖਰੇ ਫਿੱਟੇ ਮੂੰਹ ਜੂਜ ਮਜੂਜ ਚ ਬਹਿ ਗਿਆ ਵਾ ਯਾਰ ਕਿਤੇ ਕੁਛ ਇੱਕ ਜਣਾ ਹਟ ਜਾਵੋ ਉਹਦੇ ਬਾਬਾ ਦਾ ਨਹੀਂ ਮੁੱਕਣ ਡਿਆ ਤੇਰਾ ਜੁਣ ਜੁਣੀਆ ਆਮਦ ਹੋ ਗਈਆਂ ਕੋਈ ਕੱਚ ਦੇ ਗਲਾਸ ਹੁੰਦੇ ਜੇ ਕਿਬਲਾ ਸਾਡਾ ਵਿਆਹ ਕਰਾ ਦਿੰਦੇ ਅਸੀਂ ਇਦਾਂ ਨਾ ਜਲੀਲ ਹੁੰਦੇ ਸਹੀ
मेरे बाबा ने गाड़ी क्यों ना लेके दी गुरबत ही गोडे गोडे सी कि तेन मुशायरे च पता क्यों नहीं कुछ कहिंदा उत्थे सैट ते ना जिहड़ा मैं इंज लाला लाला पाती सैट सारा वरान हो जाणा ओए दमुइए जाइए कैसी तेरी न्योलेर की शक्ल आ जिहड़ा अपना टटापा कटापा इत्थे ना करी खरूजे टटापा की ओ चबा मिसरे दा वजन पूरा कर दे ओ बड़ा ओ तू अपना कर वजन यार दानिश मैं भी लिखना यार ओ जिहड़ा ओ बैठा ना जलाद टाइप ओ जिहड़ा बिठाया उस्ताद ने ओ दुबई तो सिर्फ साडे ला गया अल्लाह माफी दे इहो बंदे नूं कख नहीं दुबई भी कोई नहीं कख भी समझदा नहीं 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 हां ना यार टंटालू आदमी आ ओ उर्दू च ना कह उन्हूं वैसे बुरा भला कह दे सीधा ही यार ਉਹ ਸੁਲਮਾਨ ਦਾ ਤੇ ਕੰਡਾ ਕੁੰਡਾ ਕੱਢ ਯਾਰ ਆ ਕੀ ਛੱਡਦੇ ਆ ਕੇ ਰੋ ਪਈ ਜਾਂਦਾ ਨਾਲੇ ਉਹ ਤੂੰ ਫਸਾਇਆ ਕਿਉਂ ਸੀ ਕੰਡਾ ਉਹ ਦੇ ਮੈਨੂੰ ਕਾਦੀ ਟੈਨਸ਼ਨ ਬਾਬਾ ਮੁਝੇ ਦੁਨੀਆ ਕੀ ਸੈਰ ਕਰਾ ਦੋ ਹਾਂ ਬਾਬਾ ਰਕਸ਼ੇ ਵਾਲਾ ਬਾਬਾ ਤੂੰ ਮੈਂ ਦੁਨੀਆ ਕੀ ਸੈਰ ਕਰਾ ਬਾਬਾ ਨੇ ਪਕੂੜਾ ਲਾਇਆ ਕੀ ਗੱਲ ਦੱਸ ਹੈ ਮਾਹੌਲ ਜੋਰੇ ਫਿਰਦੇ ਬਾਗਾਂ ਦੇ ਵਿੱਚ ਕਿੱਥੇ ਜੋਰੇ ਫਿਰਦੇ ਬਾਗਾਂ ਦੇ ਵਿੱਚ ਮੈਂ ਰੋਂਦੀ ਉਹ ਲੰਘਦੀ ਜਾਂਦੀ ਜੋਰੇ ਦੇ ਕੀ ਸਪੈਲਿੰਗ ਜੋੜੇ ਫਿਰਦੇ ਗੱਲ ਸੋਚ ਸਮਝ ਮੈਂ ਨਹੀਂ ਲਿਖਣ ਦੇ ਮੇਰੇ ਹੱਥੋਂ ਪੈਨਸਲ ਕੋਲ ਉਧਰ ਬੋਲ ਚੜਿਆ ਪਿਆ ਸੀ ਮੇਰੇ ਤੇ ਬੋਲ ਸੁਣਾਵਾ ਸੁਣਾ ਐਲ ਪੈਨਸਲ ਸੁਣਾ ਇਹ ਲਾਂਗਾ ਟੀਰ ਹੈ ਜੋ ਲਾਗੂਤ ਕੁਛ ਨਹੀਂ ਪਸ ਲਾਫ ਜ਼ਨੀ ਹੈ ਲਿਖ ਲਮ ਹੈ ਲਾਂਗਾ ਟੂਰ ਲਾਂਗਾ ਟੀਰ ਸਿਲਸਿਲੇ ਕੋ ਕਹਤੇ ਅੱਛਾ ਇੱਕ ਮਿੰਟ ਮੇਰੀ ਗੱਲ ਸੁਣ ਜ਼ਿੰਦਗੀ ਲੰਘੀ ਆਪਣੀ ਬਚਪਨ ਤੋਂ ਮੈਂ ਵੀ ਪੜ੍ਹਿਆ ਮੈਂ ਵੀ 14-12 ਕੀਤੀਆਂ ਜ਼ਿੰਦਗੀ ਦੇ ਵਿੱਚ ਕਦੀ ਅਸੀਂ ਅੱਜ ਤੀਕਰ ਹਰਾਂਦਾ ਹੋਵੇ ਜਿਹਨੇ ਲਾਂਗਾ ਟੂਰ ਕੋ ਲਫ਼ਜ਼ ਸੁਣਿਆ ਹੋਵੇ ਇਹਦੇ ਨਾਲ ਨਾ ਤਾਂ ਸਾਡੇ ਬੱਚੇ ਪਲਣੇ ਹੀ ਨਾ ਇਹਦੇ ਨਾਲ ਕੋਈ ਸਾਡੇ ਘਰ ਰਾਸ਼ਨ ਪੈ ਜਾਣਾ ਹੀ ਆਹ ਲਾਂਗਾ ਟੂਰ ਕੋਈ ਲਫ਼ਜ਼ ਦਾ ਮਨ ਹੀ ਹੈ ਸਹੀ ਕੋਈ ਇਨਸਾਨ ਬਣਾ ਜਾਹਲ ਇਨਸਾਨ ਲੋਕਾਂ ਨੂੰ ਗੁਮਰਾਹ ਕਰਨ ਡਿਆ ਨਹੀਂ ਇਹ ਕਿਹੜੀ ਸ਼ਾਇਰੀ ਹੈ ਕਿ ਮੈਨੇ ਉਸੇ ਕਹਾ ਉਸਨੇ ਮੁਝੇ ਕਹਾ ਤੇਰੇ ਬਾਬਾ ਤਮਾਸ਼ੇ ਕਰਦੇ ਸੀ ਸੱਪ ਤੇ ਨਿਓਲੇ ਦੀ ਲੜਾਈ ਕਰਾਉਂਦੇ ਸੀ ਬੇਟੇ ਇੱਕ ਮਿੰਟ ਯਾਰ ਮੇਰੇ ਬਾਬਾ ਕੇ ਹਾਥੋਂ ਮੈਂ ਜਾਦੂ ਥਾ ਪਰ ਗਾੜੀ ਕਿਉਂ ਨਾ ਲੈ ਕੇ ਦੀ ਸਹੀ ਗੱਲ ਆ ਉਹਨੇ ਲੈ ਕੇ ਨਹੀਂ ਦਿੱਤੀ ਕੱਢ ਗਾਲ ਉਹਨੂੰ ਕੱਢ ਬੁਰਾ ਭਲਾ ਕਹਿ ਯਾਰ ਉਹਨੇ ਗੱਡੀ ਨਹੀਂ ਲੈ ਕੇ ਦਿੱਤੀ ਹਾਲਾਂਕਿ ਉਹਨੇ ਪਹਿਲਾਂ ਲੱਕੜ ਦੀ ਲੈ ਕੇ ਦਿੱਤੀ ਸੀ ਯਾਰ ਅੱਲਾ ਖੈਰ ਅਲੀ ਯਾਰ ਤੇਰਾ ਮੰਗਦਾ ਤਾਜ ਨਹੀਂ ਲੈਣਾ ਤੇਰਾ ਮੰਗਦਾ ਯਾਰ ਮੇਰੀ ਗੱਲ ਸੁਣ ਬਾਸ ਹਾਂਜੀ ਉਹਨਾਂ ਨੂੰ ਤੇ ਮੈਂ ਕਿਸੇ ਤਰੀਕੇ ਉਹ ਹੈ ਵੀ ਵੱਡੇ ਮੂੰਹ ਵਾਲਾ ਗੋਥੀ ਪੈ ਜਾਂਦਾ ਹਾਂਜੀ ਤੇਰੀ ਮੈਂ ਕਰਕੇ ਗੁੱਛੀ ਜੀ ਬਣਾ ਕੇ ਕੰਧ 'ਚ ਦੇ ਦੇਣੀ ਲਿਖਾ ਦੇ ਫਰੀ ਬਈ ਦਿੰਦਾ ਯਾਰ ਤੁਹਾਨੂੰ ਪਤਾ ਸੇਰਾ ਮੰਗਦਾ ਦੋ ਸੇਰਾ ਮੰਗਦਾ ਤਾਜ ਨਹੀਂ ਲੈਣਾ ਹਾਂ ਕੁੜੀ ਵਾਲਿਆਂ ਨੂੰ ਕਹਿ ਦੋ ਦਾਜ ਨਹੀਂ ਲੈਣਾ ਵਾਹ ਵਾਹ ਇਹ ਅਗਲੀ ਲਾਈਨ ਅਗਲੀ ਲਾਈਨ ਹਾਂਜੀ ਉਹ ਅਗਲੀ ਲਾਈਨ 'ਚ ਚੱਲ ਤੈਨੂੰ ਸੁਣਾਉਣਾ ਚੱਲ ਉਹ ਅਗਲੀ ਲਾਈਨ ਉਹ ਪਰਲੀ ਚਲੋ ਇਹ ਤੇ ਸੇਰੇ ਦੀ ਕੀ ਸਪੈਲਿੰਗ ਸੀ ਉਹ ਯਾਰ ਦੱਸ ਜਿਵੇਂ ਅੱਗੇ ਦੱਸਣ ਨੇ ਫਰ ਫਰ ਰੁਕ ਰੁਕ ਆ ਗਈ ਪੂਰੀ ਹਾਂ ਕੀ ਸੇਰੇ ਦੀ ਸਪੈਲਿੰਗ ਐਸ ਯੂ ਐਚ ਆਰ ਏ ਉਹ ਮੇਰਾ ਓਏ ਓਏ ਉਹਨੇ ਆ ਜਾਣਾ ਯਾਰ ਉਹ ਕੀ ਨਾਮ ਆ ਜਿਹੜਾ ਨਿਚ ਨਹੀਂ ਯਾਰ ਦਲਿੱਦਰ ਮੇਰੇ ਬਾਬਾ ਸੁਪਰ ਹੀਰੋ ਥੇ ਹਾਂ ਮੇਰੇ ਬਾਬਾ ਸੁਪਰ ਹੀਰੋ ਥੇ ਚੀਚੂ ਮੀਚੂ ਦੇ ਮੈਂ ਲਿਖ ਲਿਆ ਭਾਈ ਸੁਲਮਾਨ ਭਾਈ ਉਹ ਯਾਰ ਨਹੀਂ ਮੈਂ ਤੇ ਭਾਈ ਕੰਪਲੀਟ ਕਰ ਲਿਆ ਮੇਰਾ ਤੇ ਰਹਿੰਦਾ ਉਹ ਯਾਰ ਇੱਕ ਮਿੰਟ ਰਹੀ ਯਾਰ
ਮੇਰਾ ਰਹਿੰਦਾ ਹਲੇ ਓ ਯਾਰ ਤੂੰ ਛੱਡ ਦੇ ਯਾਰ ਇੱਕ ਨਹੀਂ ਪੂਰਾ ਓਏ ਆਮਾ ਤਾਂ ਫਿਲਪਤੀ ਯਾਰ ਕਰਿਆ ਕਰੋ ਯਾਰ ਉੱਠਦਾ ਹੈ ਧੂਆਂ ਲਾਈਨ ਮੇ ਲਗਨੇ ਸੇ ਸੁਲਗਤਾ ਹੈ ਜਿਸਮ ਮੇਰਾ ਵੋ ਮੁਸ਼ਕਿਲ ਸੇ ਸੰਭਾਲ ਕਰ ਆਂਖੋਂ ਮੇ ਆਂਸੂ ਆ ਗਏ ਕਿਉਂ ਫੈਸਲ ਭਾਈ ਇੱਧਰ ਚੈੱਕ ਕਰੋ ਕੰਮ ਹੋਏ ਅਬ ਚਾਰ ਪੰਜ ਲੋਕ ਥੇ ਖੜੇ ਆ ਗਏ ਮੇਰੇ ਆਟਾ ਜਾ ਕਰ ਸੀਲ ਕਰ ਦੀਏ ਔਰ ਫਿਰ ਕੱਪੜੇ ਚੇਂਜ ਕਰ ਲੀਏ ਫੈਸਲ ਭਾਈ ਨੂੰ ਦਾਦ ਲਓ ਉਹਨਾਂ ਕੋਲੋਂ ਦਾਦ ਮੁਝੇ ਜ਼ਿੰਦਗੀ ਕਾ ਹਰ ਹੁਨਰ ਸਿਖਾਇਆ ਮੇਰੇ ਬਾਬਾ ਨੇ ਤੇ ਤਮੀਜ਼ ਵੀ ਸਿਖਾ ਜਾਂਦੇ ਨਾ ਅਕਲ ਤੇ ਥੋੜਾ ਭੋਰਾ ਖਦੈਰ ਦੇ ਜਾਂਦੇ ਤੇਰੇ ਬਾਬਾ ਨੂੰ ਮੋਟਰਾਂ ਦਾ ਵੀ ਤੇ ਆਉਂਦਾ ਸੀ ਉਹ ਕਿਉਂ ਨਹੀਂ ਸਿਖਾਇਆ ਰਕਸ਼ਿਆਂ ਦਾ ਵੀ ਤੇ ਆਉਂਦਾ ਸੀ ਬੱਸਾਂ ਦੀਆਂ ਬਾਡੀਆਂ ਰੰਗ ਕਰਦੇ ਸੀ ਉਹ ਕਿਉਂ ਨਹੀਂ ਸਿਖਾਇਆ ਤੈਨੂੰ ਰੰਗ ਦਾ ਕਰ ਦੇ ਤੂੰ ਬਾਬਾ ਆਪਣਾ ਕਿਦੋਂ ਵੇਚਣੋਂ ਹਟਣਾ ਯਾਰ ਮੇਰੀ ਗੱਲ ਸੁਣ ਹਾਂਜੀ ਹਾਂਜੀ ਫੈਸਲ ਭਾਈ ਹੋ ਗਿਆ ਡਨ ਕੀ ਬਾਤ ਨਾ ਲੇਕਿਨ ਕਿਉਂ ਦੇ ਦੋ ਨਾ ਮੈਂ ਉਹ ਯਾਰ ਮਿਲ ਜਾਣਾ ਉਹ ਇਹਨਾਂ ਨੇ ਚੋਰੀ ਕਰ ਲੈਣੇ ਮੈਂ ਤੈਨੂੰ ਪਤਾ ਸਾਰਾ ਨਹੀਂ ਨਹੀਂ ਮੇਰੇ ਕੋਲ ਨਹੀਂ ਕਰਦੇ ਮੈਂ ਤਦੀ ਤੇ ਲੈਣਾ ਤੁਹਾਡੇ ਕੋਲ ਤੇਰਾ ਬੜਾ 4 ਕੈਰਟ ਦਾ ਮਸ਼ਹਿਰਾ ਫਿਟਿਆ ਕੀ ਗੱਲ ਆ ਤੈਨੂੰ ਸਕੂਨ ਕਿਉਂ ਨਹੀਂ ਹੁੰਦਾ ਯਾਰ ਮੇਰੇ ਲਫਾਜ਼ ਓਕੇ ਆ ਮੈਂ ਹਿਲ ਹਿਲ ਕੇ ਲਿਖਦਾ ਤੂੰ ਬਲਕਿ ਤੁਸੀਂ ਭਾਈ ਨੂੰ ਦੱਸ ਦਿਓ ਰੈਡੀ ਮੇਰੇ ਕੋਲ ਰਹਿਣ ਦਿਓ ਉਹਨਾਂ ਦਾ ਵੀ ਰੈਡੀ ਹੈਗਾ ਹਾਂਜੀ ਹਾਂਜੀ ਇੱਕ ਹੋ ਗਿਆ ਜੀ ਇੱਕ ਮੈਂ ਦੂਜਾ ਵੀ ਲਿਖ ਲਾਂਗਾ ਇਹਨਾਂ ਦੀ ਵਜ੍ਹਾ ਤੋਂ ਮੈਂ ਡਿਸਟਰਬ ਹੋਣਾ ਵਾ ਮੈਨੂੰ ਕਿਤੇ ਕੱਲੇ ਵਾਇਆ ਕਰੋ ਸਰ ਉਹਨਾਂ ਕੋ ਪੁੱਛ ਪੁੱਛ ਕੇ ਲਿਖਦੇ ਪਏ ਤੁਸੀਂ ਕੱਲੇ ਨੂੰ ਪਾਇਆ ਮਾਸੋ ਵਿੱਚ ਉਸ ਪੈਲ ਨੂੰ ਹੋ ਜਾਂਦੇ ਓਕੇ ਹਾਂਜੀ ਕੋਈ ਸੁਣਾਓ ਬੋਲ ਸੁਣਾਉਣ ਭਾਈ ਯਾਰ ਪਤਾ ਕੀ ਉਹ ਚਾਹ ਦਾ ਤੇ ਕਹਿ ਦਿੰਦੇ ਯਾਰ ਚਾਹੇ ਮੈਂ ਕਹਿਤੀ ਹੈ ਨਾ ਤੋ ਗ੍ਰੇ ਰੈਡ ਗ੍ਰੇਪਸ ਕਾਫੀ ਹਾਂਜੀ ਰੈਡ ਗ੍ਰੇਪਸ ਹਾਂ ਸਾਰਾ ਕੁਝ ਆ ਗਿਆ ਹਲੋ ਭਾਜੀ 2 ਸਫੇ ਹੋ ਗਿਆ ਮੈਂ ਹੈ ਹੋ ਗਿਆ ਨਹੀਂ ਉਹਨਾਂ ਨਾਲ ਮੇਰਾ ਚਲਾ ਗਿਆ ਤੋ ਇਹਨਾਂ ਦੋਵਾਂ ਦਾ ਇਹ ਮੇਰਾ ਇੱਕ ਸਫਾ ਵਾ ਇਹ ਮੇਰਾ ਸਫਾ ਜੀ ਇਹ ਨਾ ਸਮਝੋ ਕਿ ਫਰੀ ਤੈਨੂੰ ਜੰਮ ਕੇ ਗਲਤੀ ਕੀ ਹੈ ਬੇਟੇ ਇਹ ਵੀ ਲਿਖ ਲਾ ਬਲਕਿ ਜਿਹੜਾ ਉਹਨਾਂ ਨੇ ਗਲ ਘੁੱਟ ਕੇ ਨੀ ਮਾਰੇ ਇਹ ਵੀ ਗਲਤੀ ਕੀ ਹੈ ਜੰਮ ਹੀ ਗਿਆ ਉਤੋਂ ਤੈਨੂੰ ਆਪਣਾ ਬੇਟਾ ਕਹਿੰਦੇ ਨੇ ਸਭ ਤੋਂ ਵੱਡੀ ਗਲਤੀ ਕੀ ਹੈ ਪਾਗਲ ਹੋ ਜਾਓਗੇ ਯਾਰ ਤੁਸੀਂ ਮਤਲਬ ਇੱਕ 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 ਲਾਈਨ ਦੋ ਦੋ ਲਾਈਨਾਂ ਲਿਖੀਆਂ ਤੁਸੀਂ ਮੇਰਾ ਸਫਾ ਵਾ ਮੈਂ ਭਾਈ ਨੂੰ ਦੱਸ ਕੇ ਆਨਾ ਯਾਰ ਇਹ ਕੰਮ ਕੁੰਮ ਨਹੀਂ ਕਰ ਰਹੇ ਇੱਥੇ ਐਵੇਂ ਪਹਿਲੇ ਤੂੰ ਮੇਰਾ ਸਫਾ ਯਾਰ ਮੈਂ ਤਾਂ ਲਿਖਿਆ ਮੇਰਾ ਨਾ ਦੱਸਿਆ ਵਾ ਪਹਿਲੇ ਤੂੰ ਮੇਰਾ ਸਫਾ ਪਾੜਿਆ